ਹੁਸ਼ਿਆਰਪੁਰ ਬੱਸ ਸਟੈਂਡ ਤੇ ਉਸ ਵੇਲੇ ਹੰਗਾਮਾ ਖੜਾ ਹੋ ਜਾਂਦਾ ਹੈ ਜਦੋਂ ਬੱਸ ਸਟੈਂਡ ਦੇ ਅੰਦਰ ਸਵਾਰੀਆਂ ਨਾਲ ਭਰੀ ਹੋਈ ਬੱਸ ਇੱਕ ਐਂਟਰ ਜ਼ਰੂਰ ਹੁੰਦੀ ਹੈ ਪਰ ਉਸ ਬੱਸ ਦਾ ਡਰਾਈਵਰ ਇੱਕ ਅਨਟ੍ਰੇਨਡ ਡਰਾਈਵਰ ਨਿਕਲਦਾ ਹੈ। ਜੀ ਹਾਂ, ਹੁਸ਼ਿਆਰਪੁਰ ਦੇ ਵਿੱਚੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸਵਾਰੀਆਂ ਨਾਲ ਭਰੀ ਹੋਈ ਬੱਸ ਨੂੰ ਇੱਕ ਅਨਟ੍ਰੇਨਡ ਡਰਾਈਵਰ ਲੈ ਕੇ ਆਉਂਦਾ ਹੈ ਬੱਸ ਸਟੈਂਡ ਦੇ ਅੰਦਰ। ਜਿੱਦਾਂ ਹੀ ਮੌਕੇ 'ਤੇ ਬੱਸ ਅੰਦਰ ਪਹੁੰਚਦੀ ਹੈ ਬੱਸ ਸਟੈਂਡ ਦੇ ਵਿੱਚ ਤਾਂ ਪੰਜਾਬ ਰੋਡਵੇਜ਼ ਪਨਬੱਸ ਅਤੇ PRTC ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਦੇ ਵੱਲੋਂ ਬੱਸ ਨੂੰ ਖਾਲੀ ਕਰਵਾਇਆ ਜਾਂਦਾ ਹੈ ਅਤੇ ਮੁੜ ਕੇ ਉਸ ਬੱਸ ਨੂੰ ਰਵਾਨਾ ਨਹੀਂ ਹੋਣ ਦਿੱਤਾ ਜਾਂਦਾ। ਇਸ ਤੋਂ ਇਲਾਵਾ ਜਦੋਂ ਉਸ ਡਰਾਈਵਰ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਸ ਨੇ ਆਪਣਾ ਪੱਖ ਰੱਖਦੇ ਹੋਏ ਕੀ ਗੱਲ ਦੱਸੀ ਹੈ, ਆਓ ਪਹਿਲਾਂ ਤੁਸੀਂ ਇੱਕ ਵਾਰ ਉਹ ਸੁਣੋ। ਨਵਾਂਸ਼ਹਿਰ ਟਿੱਪੂ ਰੋਡ ਵਿੱਚ ਟ੍ਰੇਨ ਉਤੇ ਹੈ, ਜਿਹੜਾ 2 ਦਿਨ ਦੀ ਟ੍ਰੇਨ ਹੈਗਾ, 4 ਦਿਨ ਚੌਥਾ ਦਿਨ। ਕਿੰਨੇ ਗੇੜੇ ਲਾ ਲਏ? ਅੱਜ ਇੱਕੋ ਹੀ ਲਾਇਆ। ਜਿਹੜਾ ਮੇਨ ਡਰਾਈਵਰ ਆ ਬੱਸ ਦਾ, ਉਹ ਕਿੱਥੇ ਆ? ਉਹ ਦਵਾਈ ਲੈਣ ਗਿਆ ਘਰ, ਜੈਤਪੁਰ ਉਤਰਿਆ, ਜੈਤਪੁਰ ਬੱਸ ਮੈਂ ਲੈ ਗਿਆ। ਕਿੰਨੇ ਦਿਨ ਹੋ ਗਏ ਜੈਤਪੁਰੋਂ ਇੱਥੇ ਲਿਆਉਂਦਿਆਂ ਨੂੰ? ਅੱਜ ਲਿਆਉਂਦੇ ਇਸ ਵੇਲੇ ਲੈ ਕੇ ਜੈਤਪੁਰ ਤੱਕ। ਅੱਗੇ ਡਰਾਈਵਰ ਜਿਹੜਾ ਮੇਨ ਡਰਾਈਵਰ ਆ, ਅੱਗੇ ਉਹ ਡਰਾਈਵਰਿੰਗ? ਤੁਸੀਂ ਪਹਿਲਾਂ ਕੀ ਕਰਦੇ ਸੀ? ਮੈਂ ਪਹਿਲਾਂ ਮਿੰਨੀ ਵੀ ਚਲਾਉਂਦਾ ਰਿਹਾ, ਟਰੱਕ ਵੀ ਚਲਾਉਂਦਾ ਰਿਹਾ। ਪਹਿਲਾਂ ਟਰੱਕ ਚਲਾਉਂਦੇ ਰਹੇ? ਹਾਂਜੀ, ਮਿੰਨੀ ਬੱਸ ਵੀ ਚਲਾਈ ਹੈ। ਹੁਣ ਤੁਸੀਂ ਟ੍ਰੇਨਿੰਗ 'ਤੇ ਹੋ? ਹਾਂਜੀ। ਬੱਸ ਦਾ ਕੰਡਕਟਰ ਕਿੱਥੇ ਹੈ ਇਸ ਟਾਈਮ? ਕੰਡਕਟਰ ਪਤਾ ਇੱਧਰ ਗਿਆ ਸੀਗਾ, ਮੁੜ ਕੇ ਆ ਰਿਹਾ। ਤੁਹਾਨੂੰ ਇੱਥੇ ਬੱਸ ਸਟੈਂਡ 'ਤੇ ਆਏ, ਤੁਹਾਨੂੰ ਇੱਥੋਂ ਜਿਹੜੀ ਇੱਥੇ ਦੀ ਮੈਨੇਜਮੈਂਟ ਆ ਉਹਨੇ ਤੁਹਾਨੂੰ ਆਣ ਕੇ ਫੜਿਆ, ਉਹਦਾ ਕੀ ਕਾਰਨ ਆ? ਉਹ ਤਾਂ ਵਧੀਆ ਹੜਤਾਲ, ਵਧੀਆ ਇਹਨਾਂ ਦੀ, ਠੀਕ ਆ, ਸਾਡੇ ਹੱਥ ਤਾਂ ਵਿੱਚ ਆ, ਕੋਈ ਦਿੱਕਤ ਵਾਲੀ ਗੱਲ ਨਹੀਂ। ਇਸ ਤੋਂ ਇਲਾਵਾ ਜਦੋਂ ਬੱਸ ਦੇ ਕੰਡਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇੰਨੀ ਵੱਡੀ ਲਾਪਰਵਾਹੀ ਦੀ ਕਿ ਉਸ ਨੂੰ ਕੀ ਜਾਣਕਾਰੀ ਸੀ ਜਾਂ ਫਿਰ ਉਸ ਦੇ ਵੱਲੋਂ ਕਿਉਂ ਨਹੀਂ ਰੋਕਿਆ ਗਿਆ, ਤਾਂ ਉਸ ਨੇ ਵੀ ਗੱਲਾਂ ਨੂੰ ਗੋਲ ਮੋਲ ਘੁਮਾਉਂਦੇ ਹੋਏ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ। ਬੰਦੇ ਨਾਲ ਲੈ ਕੇ ਆਏ ਬੱਸ, ਸਰਕਾਰ ਨੇ ਟ੍ਰੇਨ ਦਾ ਬੰਦਾ ਭੇਜਿਆ, ਡਰਾਈਵਰ ਸਾਹਿਬ ਪੁੱਛੋ ਕਿ ਕੀ ਕਾਰਵਾਈ ਕੀਤੀ ਕੀ ਨਹੀਂ ਕੀਤੀ ਵੀਰੇ। ਨਹੀਂ, ਤੁਸੀਂ ਜਦੋਂ ਲੈ ਕੇ ਬੱਸ ਤੁਰੇ ਤੁਸੀਂ ਨਹੀਂ ਵਿਰੋਧ ਕੀਤਾ? ਸਵਾਰੀਆਂ ਦੇ ਨਾਲ ਕੌਣ ਜ਼ਿੰਮੇਵਾਰ ਹੁੰਦਾ ਉਹਦਾ? ਹਰਦੀਪ ਸਿੰਘ, ਕਿੱਥੋਂ ਬੱਸ ਆਈ ਸੀਗੇ ਤੇ ਕਿੱਥੋਂ ਚੇਂਜ ਕੀਤਾ ਡਰਾਈਵਰ? ਇਸ ਤੋਂ ਇਲਾਵਾ ਇਸ ਮੌਕੇ ਤੇ PRTC ਕੰਟਰੈਕਟ ਵਰਕਰ ਯੂਨੀਅਨ ਦੇ ਆਗੂ ਵੀ ਮੌਜੂਦ ਸੀ ਅਤੇ ਇਸ ਮਾਮਲੇ ਸੰਬੰਧੀ ਉਹਨਾਂ ਨੇ ਆਪਣਾ ਪੱਖ ਰੱਖਦੇ ਹੋਏ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਇਹ ਜੋ ਡਰਾਈਵਰ ਅੱਜ ਜਿਹੜੀ ਸਾਡੇ ਜਿਸ ਮੁੱਦੇ ਤੇ ਸਾਡੀ ਹੜਤਾਲ ਹੋ ਰਹੀ ਆ ਕਿ ਜਿਹੜੀ ਆਊਟਸੋਰਸ ਤੇ ਨਵੀਂ ਭਰਤੀ ਕਰ ਰਹੇ ਆ, ਇਹਨਾਂ ਦੀ ਜਵਾਨੀ ਦਾ ਸ਼ੋਸ਼ਣ ਕਰ ਰਹੇ ਨੇ 99-100 ਰੁਪਏ ਤੇ ਭਰਤੀ ਕਰਕੇ। ਇਹ ਡਰਾਈਵਰ ਔਨ ਰੂਟ ਆਪਣੀ ਟ੍ਰੇਨਿੰਗ ਕੀ ਆਇਆ, ਜਦਕਿ ਜੋ ਇਹ ਮੇਨ ਬੱਸ ਦਾ ਜਿਹਦੇ ਨਾਂ ਤੇ ਗੱਡੀ ਆਊਟ ਆ ਡਰਾਈਵਰ, ਉਹ ਆਪਣੇ ਪਿੰਡ ਉਤਰ ਜਾਂਦਾ ਜੀ, ਇੱਥੋਂ 30 ਕਿਲੋਮੀਟਰ ਦੂਰ ਆ ਜੀ। ਇਹ ਵਿਚਾਰਾ ਅਨਟ੍ਰੇਨਡ ਬੰਦਾ ਇੱਥੇ ਗੱਡੀ ਲੈ ਕੇ ਆਉਂਦਾ, ਇੱਥੋਂ ਫੇਰ ਲੈ ਕੇ ਜਾਂਦਾ। ਡਰਾਈਵਰ ਬਹਾਨੇ ਨਾਲ ਕਹਿ ਦਿੰਦਾ ਮੈਂ ਦਵਾਈ ਲੈਣ ਚੱਲਾਂ, ਮੈਂ ਇਹ ਚੱਲਾਂ। ਇਹ ਸਵੇਰੇ ਡਰਾਈਵਰ ਇੱਥੋਂ ਵਿਚਾਰਾ ਗੱਡੀ ਲੈ ਕੇ ਗਿਆ ਜੀ, ਫਿਰ ਨਵੇਂ ਸ਼ਹਿਰ ਉਹ ਅੱਗੇ ਲੈ ਕੇ ਗਿਆ, ਇਹ ਫਿਰ ਅੱਜ ਹੁਣ ਇੱਥੋਂ ਤੱਕ ਲੈ ਗਿਆ ਜੈਦਪੁਰ, ਉਹ ਡਰਾਈਵਰ ਉਤਰ ਗਿਆ ਜੀ। ਜਦਕਿ ਕੰਡਕਟਰ ਦੀ ਇਹ ਮਿਲੀ ਭੁਗਤ ਦੇ ਨਾਲ ਹੋ ਰਿਹਾ। ਇਹ ਡਰਾਈਵਰ ਜੋ ਨਵਾਂ ਆਇਆ, ਇਸ ਨੂੰ ਇਸ ਦੇ ਮਹਿਕਮੇ ਦੇ ਰੂਲਾਂ ਬਾਰੇ ਅਜੇ ਕੁਛ ਨਹੀਂ ਪਤਾ, ਇਸ ਕਰਕੇ ਇਸ ਨੂੰ ਅਨਟ੍ਰੇਨਡ ਡਰਾਈਵਰ ਨੂੰ ਗੱਡੀ ਦੇ ਕੇ ਉਹ ਆਪ ਡਰਾਈਵਰ ਉਤਰ ਜਾਂਦਾ ਤੇ ਗੱਡੀ ਅੱਗੇ ਇਹ ਲੈ ਕੇ ਆਉਂਦਾ ਹੈ ਜੀ, ਡਰਾਈਵਰ ਜੋ ਅਨਟ੍ਰੇਨਡ ਹੈ। ਟਰਾਂਸਪੋਰਟ ਮੰਤਰੀ, ਡਾਇਰੈਕਟਰ ਸਟੇਟ ਟਰਾਂਸਪੋਰਟ, ਟਰਾਂਸਪੋਰਟ ਸੈਕਟਰੀ ਨੂੰ ਕਿ ਜਿਹੜੇ 28 ਅਨਟ੍ਰੇਨਡ ਡਰਾਈਵਰ ਭਰਤੀ ਕੀਤੇ ਆ, ਪਹਿਲਾਂ ਉਹਨਾਂ ਨੂੰ ਮਊ ਆਣੇ ਟ੍ਰੇਨਿੰਗ ਤੇ ਭੇਜਿਆ ਜਾਵੇ, ਜਾਂ 15-15 ਦਿਨ ਜਿਹੜਾ ਟ੍ਰੇਨਿੰਗ ਸਕੂਲ ਬਣਿਆ ਸਾਡਾ ਚੰਡੀਗੜ੍ਹ ਦੇ ਸਥਿਤ ਉੱਥੇ ਭੇਜਿਆ ਜਾਵੇ। ਪਰ ਕਿਤੇ ਨਾ ਕਿਤੇ ਮੈਨੇਜਮੈਂਟ ਤੇ ਸਾਡੇ ਜਿਹੜੇ ਅਧਿਕਾਰੀ ਉੱਚ ਅਧਿਕਾਰੀ ਨੇ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਅਜਿਹੇ ਡਰਾਈਵਰਾਂ ਨੂੰ ਜੋ ਅਨਟ੍ਰੇਨਡ ਨੇ ਉਹਨਾਂ ਨੂੰ ਭੇਜਿਆ ਜਾ ਰਿਹਾ, ਤੇ ਜੋ ਅਣਸੁਖਾਵੀਆਂ ਘਟਨਾ ਵੱਧ ਸਕਦੀਆਂ ਨੇ, ਸਵਾਰੀਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਇਹੋ ਜਿਹੇ ਜੋ ਅਨਟ੍ਰੇਨਡ ਡਰਾਈਵਰ ਭੇਜੇ ਜਾ ਰਹੇ ਨੇ ਪੰਜਾਬ ਰੋਡ ਦੇ ਵਿੱਚ। ਦੇਖੋ ਜੀ, ਜਦੋਂ ਅਸੀਂ ਸਾਡਾ ਧਰਨਾ ਚੱਲ ਰਿਹਾ, ਅੱਜ 4th ਦਿਨ ਸਾਡਾ ਜਿਹੜਾ ਧਰਨਾ ਲੱਗ ਰਿਹਾ, ਅਸੀਂ ਡੀਪੂ ਦੇ ਬਾਹਰ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸੀ। ਨਵੇਂ ਸ਼ਹਿਰ ਡੀਪੂ ਦੇ
प्रधान का मैनू फोन आया कि साडी कोई ट्रेनिंग वाला ड्राइवर आ जो कि गड्डी लैके आया। मैनू तुरंत पता लगा तो जब मैं इत्थे आया बस स्टैंड दे विच आया तो वह ड्राइवर गड्डी दे विच नहीं सी, ये ड्राइवर गड्डी इन कर रहा सी ते इन्हां नू असीं मौके ते फड़िया। इन्हां दा कनैक्टर भी इत्थे मौजूद आ, जदों उन्हूं पता लगा कि असीं गड्डी आण के फड़ लईए, कनैक्टर मौके तो भज गया। हुण कनैक्टर नू वी सद्दे आ ते उन्हां दे बयान वी लैणे आ। इन्हू मौके ते फड़न दे नाल ही सवेरे इत्थों गड्डी लैके भी गया, फिर लैके भी आया, पर जे कोई अनसकावी घटना हो जांदी तां कौण जिम्मेवार सी इहदा। सोचण वाली गल है कि जिथे एक पासे लगातार सरकारी बस यानी कि PRTC बसां दी हड़ताल जारी है ते दूजे पासे ही PRTC दे एक बस नू एक अनट्रेन ड्राइवर इस तरीके दे नाल सवारियां नाल भरी हुई बस नू चला के आउंदा है, ओह वी ड्राइवर दे कहण दे उत्ते, तां की इस उत्ते वड्डे सवाल नहीं खड़े हुंदे कि लोकां दी जान वी खतरे च पै सकदी सी, कुछ वी वड्डा हादसा वी हो सकदा सी। पर PRTC दे एक ड्राइवर दे वल्लों इस तरीके दी गल कीती जाणा तां सरकार नू जरूरी है, लोड़िंदा है कि सरकार दे प्रशासन इस मामले के उत्ते खास गौर करे ते इस मामले के उत्ते सख्त एक्शन जरूर लवे ता कि भविख विच अजिही गल अजिही घटना दोबारा ना होवे जिस दे करके किसी भी व्यक्ति की जान इस तरीके की लापरवाही दे नाल जोखिम विच पवे। हुशियारपुर तो अमरीक कुमार की रिपोर्ट, स्काई न्यूज़ पंजाब। ताज़ा अपडेट के लिए साड़े यूट्यूब चैनल को सब्सक्राइब करो, फेसबुक चैनल को लाइक और शेयर करो।